ਨਿੰਦਰ ਸਿੰਘ ਮੈਂ ਅਸੀਂ ਬਾਬਾ ਜੀ ਨਾਲ 18 ਤਰੀਕ ਤੇ 20 ਨੂੰ ਸੰਪਰਕ ਕੀਤਾ ਅਪ੍ਰੈਲ ਦੀ ਨੂੰ ਇਹਨਾਂ ਨੂੰ ਨਵਜੋਤ ਸਿੰਘ ਨੂੰ ਭੇਜਣਾ ਸੀਗਾ ਅਸੀਂ ਅਮਰੀਕਾ ਤੋਂ ਏਜੰਟ ਥਰੂ ਗਏ ਉਸ ਤੋਂ ਬਾਅਦ ਉੱਥੇ ਜਾ ਕੇ ਤੁਰਕੀ ਫਸ ਗਏ ਇਹ ਲਗਭਗ 5 ਮਹੀਨੇ ਤੇ 25 ਦਿਨ ਕੋ ਕੈਂਪ 'ਚ ਰਹੇ ਨੇ ਉਹ ਸਾਨੂੰ ਕੋਈ ਰਾਹ ਨਹੀਂ ਲੱਭਦਾ ਸੀ ਅਸੀਂ ਫਿਰ ਚੀਮਾ ਸਾਹਿਬ ਸੱਜਣ ਸਿੰਘ ਚੀਮਾ ਜੀ ਨਾਲ ਸੰਪਰਕ ਕੀਤਾ ਉਹਨਾਂ ਨੂੰ ਬਾਅਦ ਬਾਬਾ ਜੀ ਨਾਲ ਕੀਤਾ ਬਾਬਾ ਜੀ ਨੇ ਸਾਨੂੰ 20 ਤਰੀਕ ਨੂੰ ਫਿਰ ਇਹਨਾਂ ਨਾਲ ਕੀਤੀ ਹੈ ਅੰਬੈਸੀ ਨੂੰ ਅਤੇ 20 ਤਰੀਕ ਤੋਂ ਲੈ ਕੇ ਅਤੇ 25 ਨੂੰ ਇਹ ਵਾਪਸ ਆ ਗਏ ਨਾ ਇੱਕ ਮਹੀਨਾ ਅਤੇ 5 ਦਿਨ ਵਿੱਚ ਬਾਬਾ ਜੀ ਨੇ ਬਹੁਤ ਮਿਹਰਬਾਨੀ ਕੀਤੀ ਹੈ ਸਾਡੇ ਬੱਚੇ ਜਿਹੜੇ ਆ ਆਪਣੇ ਘਰ ਵਾਪਸ ਆ ਗਏ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਇਲਾਕੇ ਦੇ ਰਾਜ ਸਭਾ ਦੇ ਮੈਂਬਰ ਨੇ ਜੋ ਬਾਬੇ ਸਿੱਚਿਆਲ ਸਾਹਿਬ ਨੇ ਅਤੇ ਉਹਨਾਂ ਦੀ ਦੇਣ ਨਾਲ ਪੈਸੇ ਕੁਛ ਆਪਣੇ ਸੀਗੇ ਕੁਝ ਲੋਨ ਲਾਨ ਲੈ ਰਿਹਾ ਜਿੱਦਾਂ ਲਿਮਟਾਂ ਬਣਾ ਕੇ ਭੇਜ ਦੀਜੀਏ ਇਸ ਤਰ੍ਹਾਂ ਨਾ ਇੱਥੇ ਬੱਚੇ ਕੰਮ ਕਰਦੇ ਤੇ ਨਹੀਂ ਕੰਮ ਤੇ ਕਾਰੋਬਾਰ ਤਾਂ ਬਹੁਤ ਇਹਨਾਂ ਦੇ ਆਪਾਂ ਦਿਲੋਂ ਕਰੀਏ ਤੇ ਇੱਥੇ ਵੀ ਕੰਮ ਬਹੁਤ ਹੈ ਪਰ ਇੱਕ ਬੱਚੇ ਦੀ ਇਹੋ ਖਾਸ਼ ਹੈ ਉਹ ਦੂਸਰਾ ਚਲੇ ਗਿਆ ਮੈਂ ਵੀ ਬਾਅਦ ਚ ਉਹ ਏਜੰਟ ਜਦੋਂ ਗਲਤ ਮਿਲ ਜਾਂਦੇ ਨੇ ਜੇ ਤਾਂ ਸਹੀ ਤਰੀਕੇ ਨਾਲ ਮਿਲ ਜਾਏ ਲੀਗਲ ਜਾਣ ਫਿਰ ਹੈ ਜਦੋਂ 2 ਨੰਬਰ 'ਚ ਜਾਂਦੇ ਨੇ ਬੱਚੇ ਮਜਬੂਰ ਵੀ ਕਰ ਦਿੰਦੇ ਨੇ ਮਾਂ ਬਾਪ ਨੂੰ 2 ਨੰਬਰ 'ਚ ਜਾਣ ਲਈ ਮਜਬੂਰ ਕਰਦੇ ਮਾਪੇ ਵੀ ਭੇਜਣ ਲਈ ਕਹਿੰਦੇ ਮਾਪੇ ਇਹਦਾ ਨਾ ਇੱਕ ਨੰਬਰ ਤੇ ਉਹਨਾਂ ਦਾ ਬੰਦਾ ਨਹੀਂ ਜਾਂ ਉਹ ਤੇ ਰੂਟੀਨ ਨਾਲ ਆਈਲੈਟਸ ਕਰ ਲੈਂਦੇ ਆ ਉਹਨਾਂ ਦਾ ਪ੍ਰੋਪਰ ਜਿਹੜਾ ਪੀਰੀਅਡ ਟਾਈਮ ਹੈ ਪੂਰਾ ਹੋ ਜਾਂਦਾ ਉਹ ਉਸ ਟਾਈਮ ਤੇ ਚਲ ਜਾਣ ਤੇ ਬਹੁਤ ਮਿਹਰਬਾਨੀ ਹੈ ਜਦੋਂ ਨਹੀਂ ਲੱਗਦੇ ਫਿਰ 2 ਨੰਬਰ ਵਾਲੇ ਪਾਸੇ ਨੂੰ ਇਸ ਤਰ੍ਹਾਂ ਬੱਚੇ ਫਸ ਜਾਂਦੇ ਆ ਤੇ ਮਾਪਿਆਂ ਤੇ ਕੀ ਵੀਰ ਮੈਂ ਕਹਿੰਦੀ ਉਹ ਬੱਚੇ ਤੇ ਰੋਟੀ ਖਾ ਲੈਂਦੇ ਹੋਣਗੇ ਪਰ ਮਾਂ ਪਿਓ ਰਾਤ ਨੂੰ ਨਾ ਸੌਂਦੇ ਨੇ ਤੇ ਨਾ ਰੋਟੀ ਇਹ ਬਹੁਤ ਮੁਸੀਬਤ ਹੈ ਅਸੀਂ ਤੇ ਬਾਬਾ ਜੀ ਦਾ ਤੇ ਹੋਰ ਆਪਣੇ ਇਲਾਕੇ ਦੇ ਰਾਜ ਸਭਾ ਦੇ ਮੈਂਬਰ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜਾ ਕਿ ਸਾਡੇ ਬੱਚਿਆਂ ਨੂੰ ਇਹਨਾਂ ਨੇ 1 ਮਹੀਨਾ ਤੇ 5 ਦਿਨ ਦੇ ਵਿੱਚ ਵਾਪਸ ਆਪਣੇ ਘਰ ਪਹੁੰਚਾ ਕੀ ਨਾਮ ਤੁਹਾਡਾ ਮੇਰਾ ਨਾਮ ਕਿੱਥੇ ਜਾਣਾ ਸੀ ਮੇਰਾ ਨਾਮ ਹੈਪੀ ਸਿੰਘ ਹੈ ਮੈਂ ਸਰਿਆੜੀ ਕਲਾ ਦਾ ਰਹਿਣ ਵਾਲਾ ਹਾਂ ਤੇ ਮੈਂ 21 ਮਈ ਨੂੰ ਅੰਮ੍ਰਿਤਸਰ ਤੋਂ ਦੁਬਈ ਗਿਆ ਸੀ ਤੇ ਦੁਬਈ ਤੋਂ ਬਾਅਦ 1 ਮਹੀਨੇ ਬਾਅਦ ਸਰਬੀਆ ਗਿਆ ਹਾਂ ਜੈਂਟ ਨੇ 2022 'ਚ ਜੈਂਟ ਨੇ ਮੈਨੂੰ ਕਿਹਾ ਕਿ ਤੈਨੂੰ ਯੂਰਪ ਭੇਜਣਾ ਯੂਰਪ ਭੇਜਦਾ 8 ਲੱਖ ਰੁਪਈਏ 'ਚ ਮੈਂ ਕਿਹਾ ਠੀਕ ਆ ਉਹਨੇ ਮੈਨੂੰ ਜੈਂਟ ਨੇ ਯੂਰਪ ਭੇਜਣ ਦੀ ਬਜਾਏ ਗ੍ਰੀਸ ਭੇਜ ਛੱਡਿਆ ਅਤੇ ਗ੍ਰੀਸ ਮੈਂ 2 ਮਹੀਨੇ ਰਿਹਾ ਮੈਨੂੰ ਬਾਅਦ ਸਮਝ ਆਈ ਵੀ ਇਹ ਯੂਰਪ ਦਾ ਹਿੱਸਾ ਪੂਰਾ ਨਹੀਂ ਹੈ ਫਿਰ ਉਸ ਤੋਂ ਬਾਅਦ ਮੈਂ ਫਿਰ ਯੂਰਪ ਜਾਣ ਲਈ ਟਰਾਈ ਕੀਤਾ ਅਤੇ ਸੈਲੋਨੀਕੀ ਉਹਨਾਂ ਮੈਨੂੰ ਫੜਿਆ ਪੁਲਿਸ ਵਾਲਿਆਂ ਨੇ ਉੱਥੋਂ ਫੜ ਕੇ ਉਹਨਾਂ ਨੇ ਮੈਨੂੰ ਡਿਪੋਰਟ ਕੀਤਾ ਤੁਰਕੀ ਕੀ ਵੀਜ਼ੇ ਜਾਲੀ ਦਿੱਤੇ ਜਾਂਦੇ ਕੀ ਕੀਤਾ ਗਿਆ ਸੀ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਕਿ ਤੁਹਾਨੂੰ ਇਟਲੀ ਭੇਜ ਰਹੇ ਹਾਂ ਅਤੇ ਪਰ ਉਹਨਾਂ ਨੇ ਇਟਲੀ ਥਾਂ 'ਤੇ ਸਾਨੂੰ ਗ੍ਰੀਸ ਭੇਜ ਛੱਡਿਆ ਅਤੇ ਜਦੋਂ ਹੁਣ ਤੁਸੀਂ ਤੁਰਕੀ ਫਸ ਗਏ ਉੱਥੇ ਕਿੰਨਾ ਟਾਈਮ ਰਹੇ ਅਤੇ ਕਿੱਦਾਂ ਫਿਰ ਵਾਪਸੀ ਤੁਰਕੀ ਅਸੀਂ ਇੱਦਾਂ ਫਸੇ ਸਾਨੂੰ ਗ੍ਰੀਸ ਵਾਲਿਆਂ ਡਿਪੋਰਟ ਕੀਤਾ ਤੁਰਕੀ ਵਾਲੀ ਸਾਈਡ 'ਤੇ ਅਤੇ ਤੁਰਕੀ ਅਸੀਂ 2 ਦਿਨ ਰਹੇ ਹਾਂ ਪਾਰਕ ਦੇ ਵਿੱਚ ਭੁੱਖੇ ਤੇ ਆਏ ਉੱਥੇ ਫੜੇ ਗਏ ਹਾਂ ਉਹਨਾਂ ਫੜ ਕੇ ਅਤੇ ਸਾਨੂੰ ਕੈਂਪ ਖੜਿਆ ਵਾ ਅਤੇ 9 ਮਹੀਨੇ ਮੈਂ ਕੈਂਪ ਕੱਟਿਆ ਵਾ 9 ਮਹੀਨੇ ਕੈਂਪ ਕੱਟਣ ਤੋਂ ਬਾਅਦ ਡਾਟਾ ਦਿੱਤਾ ਉਹਨਾਂ ਨੂੰ ਆਪਣਾ ਅੰਬੈਸੀ ਆਪਣੀ ਨਾਲ ਗੱਲ ਕੀਤੀ ਹੈ ਕੋਈ ਡਾਟਾ ਨਹੀਂ ਆ ਰਿਹਾ ਫਿਰ ਬਾਬਾ ਜੀ ਉਹਨਾਂ ਨਾਲ ਗੱਲ ਹੋਈ ਅਤੇ ਫਿਰ ਬਾਬਾ ਜੀ ਉਹਨਾਂ ਨੇ ਡਾਟਾ ਓਕੇ ਕਰਾਇਆ ਫਿਰ 15 ਦਿਨਾਂ ਤੋਂ ਬਾਅਦ ਵਿੱਚ ਸਾਨੂੰ ਇੱਥੇ ਲਗਾ ਦਿੱਤਾ ਸਾਡੇ 12 ਲੱਖ ਰੁਪਈਆ ਹੁਣ ਤੱਕ ਸਾਰਾ ਖਰਾਬ ਹੋ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੇਰਾ ਪਿੰਡ ਜਿੱਦਾਂ ਭਵਾਨੀਪੁਰ ਕਪੂਰਥਲਾ ਸ਼ਹਿਰ ਆ ਮੇਰਾ ਅਤੇ 2022 ਦੇ ਵਿੱਚ 2022 ਦੇ ਵਿੱਚ ਅਸੀਂ ਜਿੱਦਾਂ ਅਪ੍ਰੈਲ ਨੂੰ ਇੱਥੋਂ ਤੁਰਕੀ ਗਏ ਸੀਗੇ ਅਤੇ ਅਸੀਂ ਜਿੱਦਾਂ ਅਮਰੀਕਾ ਜਾਣਾ ਸੀਗਾ ਅੱਗੇ ਅਤੇ ਅਸੀਂ ਕਪੂਰਥਲੇ ਦਾ ਹੀ ਮਤਲਬ ਏਜੰਟ ਸੀਗਾ ਜਿਹਦੇ ਨਾਲ ਗੱਲ ਕੀਤੀ ਉਹਨੇ 1 ਮਹੀਨੇ ਦਾ ਟਾਈਮ ਲਿਆ ਸੀਗਾ ਅਤੇ ਅਸੀਂ ਉੱਥੇ 7 ਮਹੀਨੇ ਰਹੇ ਹਾਂ ਅਤੇ ਪਰ ਉੱਥੇ ਸਾਡੀ ਗੱਲ ਨਹੀਂ ਬਣੀ ਪਹਿਲਾਂ ਜਿੱਦਾਂ ਫਿਰ ਅਸੀਂ ਉੱਥੇ 3-4 ਮਹੀਨੇ ਮਤਲਬ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਰਹੇ ਇਹਨਾਂ ਦੇ ਕੋਲ ਨਹੀਂ ਗੱਲ ਬਣੀ ਅਤੇ ਅਸੀਂ ਫਿਰ ਉੱਥੇ ਏਜੰਟ ਚੇਂਜ ਕੀਤਾ ਉਹਦਾ ਅਤੇ ਏਜੰਟ ਚੇਂਜ ਕਰਨ ਦੇ ਬਾਅਦ ਉਹਨੇ ਸਿੱਧਾ ਅਮਰੀਕਾ ਦੀ ਗੱਲ ਕੀਤੀ ਸਾਡੇ ਨਾਲ ਵੀ ਤੁਹਾਡਾ ਅਮਰੀਕਾ ਦਾ ਵੀਜ਼ਾ ਜਿੱਦਾਂ ਲਵਾ ਦਿੰਦੇ ਹਾਂ ਅਤੇ ਅਮਰੀਕਾ ਦਾ ਵੀਜ਼ਾ ਜਿੱਦਾਂ ਲਵਾਇਆ ਅਤੇ ਸਾਡੀ ਬੋਰਡਿੰਗ ਇਮੀਗ੍ਰੇਸ਼ਨ ਸਾਰਾ ਕੁਛ ਹੋਇਆ ਏਅਰਪੋਰਟ 'ਤੇ ਅਤੇ ਉਹ ਤੋਂ ਬਾਅਦ ਵੇਟਿੰਗ ਹਾਲ ਦੇ ਵਿੱਚ ਅਸੀਂ ਬੈਠੇ ਪਏ ਵੇਟਿੰਗ ਹਾਲ ਤੋਂ ਬਾਅਦ ਸਾਡਾ ਵੀਜ਼ਾ ਚੈੱਕ ਹੋਇਆ ਦੁਬਾਰਾ ਅਸੀਂ ਸਾਨੂੰ ਉੱਥੋਂ ਫਿਰ ਉਹਨਾਂ ਨੇ ਅਰੈਸਟ ਕੀਤਾ ਕਹਿੰਦੇ ਵੀ ਤੁਹਾਡੇ ਵੀਜ਼ੇ ਦੇ ਵਿੱਚ ਪ੍ਰੋਬਲਮ ਆ ਕੋਈ ਅਰੈਸਟ ਕਰਨ ਤੋਂ ਬਾਅਦ ਸਾਨੂੰ ਉੱਥੇ
वह पुलिस स्टेशन दो दिन रखे उन्होंने उत्थे साडी पुछगिछ की भी वीज़ा तुसीं कित्थों लिया उन्होंने फिर दस्या अं सारा भी अं अंबैसी मसलक अंबैसी है जितों अं वीज़ा लिया वा तो उन्होंने फिर दस्या भी तुहाडे वीज़े दे विच प्रॉब्लम आ भी वीज़ा फेक आ तुहाडा तुसीं पेश होके लिया सी वीज़ा खुद पेश होए सी नहीं जी वह वीज़ा उन्हें आप लिया ही कहिंदा मैं अंबैसी के अंदरों वीज़ा भी जिदा कढ़ाया वा तो फिर कहिंदा तुहाडा 10 दिन दे विच विच मतलब आजूगा घर पासपोर्ट पहुँच जूगा अपने तो उस तो बाद सानू फिर जिदा कैंप ले जाया गया उत्थे 10 दिन सानू 11 दिन एक कैंप दे विच जिदा रखिया गया कंटेनर ही गए जिदा लोहे दे कंटेनर ही गए उहदे विच सानू 11 दिन रखिया गया तो बस रोटी दे टाइम एक छड्डदे ही गए भी रोटी खाण नू 10-15 मिनट तो उस तो बाद फिर साडा जिदा कैंप चेंज किया गया उत्थे फिर सानू 4.5 महीने उत्थे कैंप दे विच असीं रहे आ बहुत मुश्किल आईयां कैंप दे विच भी जिदा तो बाद विच जिदा वकील ही गा साडा वकील ने मतलब गलबात चलती है कि वह कहते हैं कि एक वीक का 2 वीक का टाइम ला के भी जिदा कढ़ा लूँगे तुहानू बाहर कढ़ा लूँगे नहीं पर 2-2.5 महीने अं देखा नहीं गल बनी वकील को भी कोई फिर असं डिपोर्ट का जिदा अंबैसी वाले गलबात की तो डिपोर्ट इवें गल की तो इंक्वायरियां का कही जो भी इंक्वायरी गई पई है ताड़ी 3-4 इंक्वायरियां जिदा मेरिया आईया है इतने इंडिया पर उन्होंने को पहुँचती नहीं कोई भी उत्थे तुर्की अंबैसी उन्होंने गलबात होंगी है कि केंद्र भी ताकि इंक्वायरी गई पी आ पर पहुँचती नहीं उत्थे कोई भी तो असं 2 महीने खज्जल खुआर हुए उत्थे कैंप दे विच फिर बाबा जी का गलबात हुई इत्थे संत बलबीर सिंह सीचे वाली बाबा जी ने गलबात हुई तो इन्हां नाल गलबात होने तो बाद साडा 10-15 दिन जिदा उत्थे कैंप दे विच सानू लगे तो साडा डाटा पहुँच गया फिर अंबैसी वाले नाल गलबात हुई तो कहिंदा भी ताडा हो गई सारी इंक्वायरी हो गई है डाटा आ गया वा ताडा ते उहदे तो बाद असीं 25 तरीक नूं आ हुण घरे आए अपने वापस 1 साल 1 महीने बाद पैसा जी उत्थे 13-14 लाख रुपया तो मेरा रहन का खर्चा आ गया है 6-7 महीनों दोनों एजेंटा नूं दित्ते होंगे हाँ जी पहलों इतों दे के गए हैं जी 5 लाख रुपया इतने दिता है 13-14 लाख रुपया उत्थे खर्चा आया आपका रहन का किन्ने मुंडे वापस आए वापस असी जिदा 2 ही है बाकी मुंडे जिदा बिचो चले भी गए हैं जिसने एडा वड्डा धोखा किया हाँ जी एजेंट तो हूँ क्या मतलब पैसे उन्होंने दिते पे तो ब कह रहा भी वह ते पैसे वापस करूँगा मैं तो बाकी हाँ जी होर तो अजय नहीं कुछ हाँ जी मेरा नाम अमृतपाल सिंह जी कि पिंड है मेरा पिंड टिब्बा जी की कितने जाना सी की प्रॉब्लम आई कि तुम फस गए किन्ना ने छड़ाया तुम हाँ जी मैं इतों अमेरिका जाना चाहता सी मैं इतों वीजा लिया तुर्की का कपूरथले तो मेरा एजेंट से तो कपूरथले तो एजेंट करके तो फिर मैं तुर्की गया तुर्की मैं रहा 7 महीने तो उस तो बाद मैं उत्थे एजेंट चेंज कर लिया फिर इन्होंने जवाब देता है कि मतलब इतों काम बंद हो गया वा तुम वापस आ जाओ हाँ जी तो फिर उत्थे मैं वापस आने करके मैं देखा कि मैंने वापस नहीं जाना चाहना तो फिर मैं उत्थे आपका होर एजेंट चेंज कर लिया तो उसदे नाल फिर मैं गलबात की मेरी फिर उसदे नाल 40 लाख से गल हुई हाँ जी तो बाद चो उस तो बाद उन्हें मैनू अंबैसी चो वीज़ा लैके दिता तो कहिंदा मैं अंबैसी लैके दिता वा कित्थों दा वीज़ा सी वो फिर पोलैंड का वीज़ा है जी हाँ जी तो वह वीज़ा फेक सीगा तो फिर टिकट उन्होंने मैनू मैक्सीको की करा के दी कि कह लो मैक्सीको जाके फिर असं यूरोप जाना पोलैंड जाना चाहते हाँ तो उत्थे गया टिकट भी सब कुछ तो एयरपोर्ट पर गए साढ़े पहलों बोर्डिंग पास मिलिया तो फिर इमीग्रेसन भी हो गई तो बाद च उस तो बाद दूजा जाने वास्ते वेटिंग हाल से बैठे से तो वेटिंग हाल से फिर जो टाइम होया फिर लाइन से लग गए तो उत्थे जाके जो उन्होंने साडा पासपोर्ट तो बोर्डिंग पास देखा सानू साइड से कढ़ लिया तो उन्हें फिर मतलब देखा कहते कि तुहाडे वीजे च प्रॉब्लम आ तुहाडा वीजा फेक आ रीजन नहींगा तो उस तो बाद सानू फिर उत्थों लै गए तो सानू उत्थे उन्होंने चैक चुक किया तो उत्थे मतलब कहते उन्हें कहता कि मैं नहीं तुहाडा बिल्कुल न प्रॉब्लम आ वीजे च तो सानू फिर उस तो बाद लै गए कैंप च चौंकी पहले लै गए चौंकी उन्हें 2 दिन रखिया तो उस तो बाद सानू कैंप च लै गए 10 दिन 10 दिन अं एक कैंप च रहे तो फिर 4.5 महीने एक कैंप च रहे हाँ जी ਇੱਥੇ ਕੀ ਤੁਹਾਡੀ ਪ੍ਰੋਬਲਮ ਕੀ ਇੱਥੇ ਤੁਸੀਂ ਜ਼ਮੀਨ ਜਾਇਦਾਦ ਕਿੰਨੀ ਆ ਕਿੱਦਾਂ ਤੁਸੀਂ ਜਾਣਾ ਹਾਂਜੀ ਮੇਰਾ ਇੱਥੇ ਹੀ 1 ਕਿੱਲਾ ਹੀ ਆ ਪੈਰੀ ਦਾ ਤਾਂ ਅਸੀਂ ਇਹਦਾ ਪੈਸੇ ਫੜ ਕੇ ਅਤੇ ਫਿਰ ਅਸੀਂ ਬਾਹਰ ਵਾਸਤੇ ਅਪਲਾਈ ਕੀਤਾ
तो फिर जिदा पहलों तुर्की का वीजा लग गया तो उस बाद चो गए उ तुर्की भेजते हैं। तुर्की तो गाड़ी यूरोप किसी भी देश का वीजा लग जाए तो उस तो बाद मैक्सीको मैक्सीको तो गांव बार्डर टपा के अमेरिका। किन्ने के लोग तुसी जो तुर्की गए किन्ने के लोग तुसी देखे थोड़े उत्ते बैठे होंगे जा जड़े के निकल गए? हाँ जी बहुत लोग आ उत्ते बैठे जी जिदा वक्रे वक्रे होर देशों के भी बहुत आ ते इंडिया के भी बहुत आ। हाँ जी जिदा उत्ते जा रहे बहुत वकील कर लिया मतलब कहते कढ़ा दांगे पर साडा कोई भी उत्थे हल नहीं होया तो फिर असि मतलब इंडियन एम्बेसी दे नाल गलबात कीती ते इन्हां नूं कहा कि असीं इंडिया जाना चाहुंदे आ कैंप चो क्योंकि उत्थे प्रॉब्लम बहुत ज्यादा है तो अं इंडिया जाने वास्ते उत्थे इंडियन एम्बेसी नाल राबता किया गलबात की तो कहते कि तुहानू भेज दें। फिर उन्होंने सानू मतलब काफ़ी टाइम ला दिता तीन चार इंक्वायरियां आईया इंडियन एम्बेसी दियां ते पर कोई हल नहीं बनया। तो फिर परिवार ने संत बाबा बलवीर सिंह सीचे वाले ने इन्होंने नाल गलबात की तो फिर इन्होंने सानू 15 दिन इतों कैंप चो वापस भेज दिया। फटाफट बाहर चलिए असि उन्होंने भी बेनती करते हैं तो उन्होंने मां बाप नूं भी हाथ जोड़ के बेनती करते हैं कि बच्चों नूं जे पढ़न दे विच उन्हां दी मदद करो जे असी 35-40 लख रुपया असी एजेंटा नूं दे सकते हैं घटो घट 2 लख रुपया 3 लख रुपया दे के असी बच्चे नूं पढ़ा दीए ते असी कहिंदे आईलैट्स करके थोड़े बच्चे जिहड़े मर्जी पढ़न जाओ जिथे मर्जी जाओ पर जिस तरीके दे नाल इह एजेंटा दे थ्रू जा रहा है ये बड़ा वड्डा रिस्क आ। होर थां भी जिहड़े हैगे बहुत बच्चे असी लगातार बच्चियां साडियां जिहड़ियां विदेशां विच जाके कम दी चाहत लई जांदे आ मां बाप दे सुपने हुंदे आ कि असी जिहड़ा हैगा अपने बच्चियां नूं सेटल करिए जदों बच्चा अड़ी करदा मां बाप अपने घर पर भी वेचदा पैसे व्याजी भी चकदा फिर इथों तक कि हर तरह के नाल मां बाप की कोशिश होंगी कि मेरे बच्चे के जिहड़े हैगे सुपने लै रहा मैं उहदी पूरी मदद करा पर अफसोस आ कुछ सफल हो जाते हैं तो कुछ जिहड़े हैगे जिस तरह ये जिहड़ी पीड़ा इन्हां बच्चों ने झली है तो सानू जदों ये साडे कोल आए तो जिस तरह के इन्हां दे चेहरियां दी ते इन्हां दी अवस्था सीगा सानू आप बहुत वड्डा दुख होया कि हुण इन्नी छेती जदों दस्सिया कि बच्चों के जिहड़ी हैगी आ बीमारी दे नाल तड़फ रहे आ उन्हां दी दवाई नहीं हो रही तो उस वेले सीगा कि ये किन्ने क पीड़ा होणगे पर मां बाप जिहड़े पिछे परिवार बड़ी वड्डी पीड़ा उन्होंने चली है असीं तां बेनती करांगे जाओ जी सदके जाओ जिथे मर्जी जाओ तुहानू कोई नहीं रोकदा पर एजुकेशन लैके जाओ। इसे तो असीं कहिंदे साडियां उह बीबियां जिहड़ियां हैगियां आईलैट्स करके एक नाल लड़की नूं लड़के नूं लिजा रही हैं ते फिर भी जे साडे लड़के पढ़न दे उत्ते जोर देण जे अपनी एजुकेशन स्कूलां दे विच लै रहण ते असीं नहीं कहिंदे कि प्लस टू जिहड़ा हैगा जिहड़ा जिस तरीके दे नाल हुण पढ़ाई आधुनिक आ गई है कि उहनूं जाके आईलैट्स ओह ना कर पाए। सानूं इस राह दीआं जंगलां दीआं लड़ाइयां डुबकियां ला के पता नहीं की कुछ किन्ना नुकसान होया सानूं उत्थों सबक लैणा चाहीदा असीं बच्चों नूं जरूर असीं नहीं कहिंदे कि ना भेजो दुनिया घूमनी चाहीदी है जाना चाहीदा जिथे भी हैगी है पर एजुकेशन लैके जाओ सब तो सस्ती एजुकेशन जिहड़ी हैगी है साडे मुल्क च मिल सकदी है पर असीं पढ़ लिख के जावांगे पॉइंट आधार दे उत्ते भी जिथे मर्जी दुनिया च जा सकदे आ। सो असीं चाहुंदे आ कि मां बाप भी चाहुंदा कि छेती तों छेती जिहड़ा हैगा बच्चा साडा सैटल हो जाए पैसे लगदे लग जाण पर उहदे विच जिहड़ा रिस्क आ ये मां बाप के हाथ नहीं असी देखिया दूसरे भी परिवारों के जो कोई बाहरों जाके योजी चिट्ठी आँदी है योजा मैसेज आता ज रिकॉर्डिंग भेजते हैं कि असी योजी अवस्था में बैठे हाँ तो एड्डी दूर जाके ना तो मां बाप एकदम कर सकता हों ना तीसरा कोई पर जी है दर्द जोड़ा है वो जरूर महसूस हों कि चर फसे रहे उ कदों रहा है इन्होंने एक, एक परिवार ने 20 तरीक न दूसरे ने 24 तरीक न
ਤੇ ਇਹ ਸਾਰੇ ਤੁਰਕੀ ਦੇ ਵਿੱਚ ਫਸੇ ਹੋਏ ਸੀ ਪਹਿਲਾਂ ਵੱਖ-ਵੱਖ ਮੁਲਕਾਂ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਸੀ ਇਹਨਾਂ ਨੇ ਅਮਰੀਕਾ ਜਾਣਾ ਸੀ ਸਾਨੂੰ ਤਾਂ ਜਦੋਂ ਫਸੇ ਹੋਏ ਤੁਰਕੀ ਚ ਉਦੋਂ ਹੀ ਇਹਨਾਂ ਨੇ ਸੰਪਰਕ ਕੀਤਾ ਸੋ ਇਹਨਾਂ ਨੇ ਜੋ ਇਹਨਾਂ ਨਾਲ ਬੀਤੀ ਉਹ ਤੇ ਹੀ ਜਾਣਦੇ ਆ ਪਰ ਅਸੀਂ ਸਾਡੀ ਕੋਸ਼ਿਸ਼ ਹੋਈ ਜਿੰਨੀ ਕੁ ਕੀਤੀ ਆ ਵਾਹਿਗੁਰੂ ਨੇ ਫੜ ਲਾਇਆ ਸੋ ਅਸੀਂ ਧੰਨਵਾਦ ਕਰਦੇ ਹਾਂ ਵਿਦੇਸ਼ ਮੰਤਰਾਲੇ ਦਾ ਜਿਨ੍ਹਾਂ ਨੇ ਇਹ ਐਫਰਟ ਕਰਕੇ ਇਹਨਾਂ ਨੂੰ ਇੱਥੇ ਪਹੁੰਚਾਇਆ ਵਿਦੇਸ਼ ਮੰਤਰਾਲੇ ਨੂੰ ਜਦੋਂ ਤੁਸੀਂ ਚਿੱਠੀ ਲਿਖਦੇ ਕਿੰਨੇ ਚਿਰ ਚੋਂ ਕਾਰਵਾਈ ਕਰ ਦਿੰਦੇ ਕਿਉਂਕਿ ਜਦੋਂ ਐਮਪੀ ਦਾ ਲੈਟਰ ਲੱਗ ਜਾਂਦਾ ਨਾ ਜਿਹੜੀ ਵੀ ਚਿੱਠੀ ਹੈ ਉਹ ਵੀਆਈਪੀ ਦੇ ਵਿੱਚ ਹੋ ਜਾਂਦੀ ਹੈ ਇੱਕ ਆਨਲਾਈਨ ਜਿਹੜਾ ਹੈਗਾ ਕੋਈ ਵੀ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਸਧਾਰਨ ਐਪਲੀਕੇਸ਼ਨ ਦਿੰਦੇ ਹੋ ਉੱਥੇ ਉਹ ਮੰਤਰਾਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਉਹ ਐਪਲੀਕੇਸ਼ਨਾਂ ਜਾਂਦੀਆਂ ਪਰ ਜਦੋਂ ਐਮਪੀ ਦਾ ਲੈਟਰ ਲੱਗ ਜਾਂਦਾ ਉਹ ਵੀਆਈਪੀ ਚ ਲੱਗ ਜਾਂਦਾ ਜਦੋਂ ਵੀਆਈਪੀ ਚ ਲੱਗ ਜਾਂਦਾ ਉਹਦੇ ਉੱਤੇ ਸਰਕਾਰ ਦੀ ਜਿਹੜੀ ਹੈਗੀ ਹੈ ਸਿਸਟਮ ਦੀ ਹੈ ਨਿਗਾਹ ਚ ਆ ਜਾਂਦਾ ਅਸੀਂ ਦੇਖਿਆ ਇਸੇ ਕੁਛ ਲੜਕੀ ਸੀ ਪੰਜਾਂ ਦਿਨਾਂ ਚੋਂ ਵਾਪਸ ਆ ਗਈ ਕਿਉਂਕਿ ਜਿਹੜਾ ਹੈਗਾ ਸਾਨੂੰ ਜਿਹੜੀ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਜੋ ਸੰਗਤ ਨੇ ਜਿਹੜੀ ਹੈਗੀ ਹੈ ਜੇ ਐਮਪੀ ਬਣੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨੂੰ ਜੇ ਅਸੀਂ ਕਿਸੇ ਦੀ ਹੈਲਪ ਕਰ ਸਕਦੇ ਸਾਨੂੰ ਕਰਨੀ ਚਾਹੀਦੀ ਕਿੰਨੇ ਬੱਚੇ ਵਾਪਸ ਆ ਲਿਆਂਦੇ ਜੀ ਹੁਣ ਕਾਫੀ ਆ ਗਏ ਸੀ ਗਿਣਤੀ ਤਾਂ ਅੱਜ ਕਿੰਨੇ ਆਏ ਅੱਜ 3 ਬੱਚੇ ਆਏ ਇਹ ਤੁਰਕੀ ਤੋਂ ਆਏ ਤਿੰਨੇ ਤੁਰਕੀ ਇਹ ਜੇਲ੍ਹ 'ਚ ਸੀਗੇ ਜਾਂ ਉੱਤੇ ਜੇਲ੍ਹ 'ਚ ਕਹਿ ਲਓ ਜਿਸ ਤਰ੍ਹਾਂ ਦਾ ਵੀ ਸੀਗਾ ਇਹਨਾਂ ਨੂੰ ਰੱਖਿਆ ਹੋਇਆ ਸੀਗਾ ਕਿਉਂਕਿ ਇਹਨਾਂ ਦੇ ਵੀਜ਼ੇ ਜਿਹੜੇ ਏਜੰਟ ਨੇ ਲਾ ਕੇ ਦਿੱਤੇ ਉਹ ਫੇਕ ਸੀਗੇ ਜਦੋਂ ਫੇਕ ਵੀਜ਼ੇ ਉਹਨਾਂ ਨੂੰ ਲਾ ਕੇ ਦਿੱਤੇ ਤੇ ਉਹ ਜਹਾਜ਼ 'ਚੋਂ ਇਹਨਾਂ ਨੂੰ ਉਤਾਰ ਦਿੱਤਾ ਹੋ ਸਕਦਾ ਕਿ ਜੇ ਕੋਈ ਪਤਾ ਨਹੀਂ ਕਿਸ ਤਰ੍ਹਾਂ ਏਜੰਟ ਕੀ ਕਰਦੇ ਆ ਸੋ ਇੱਕ ਬਹੁਤ ਵੱਡਾ ਜਿਹੜਾ ਹੈਗਾ ਇਹ ਬਾਹਰ ਨੂੰ ਜਿੱਦਾਂ ਅਸੀਂ ਦੌੜਨ ਨੂੰ ਤਿਆਰ ਹਾਂ ਤੇ ਠੱਗਣ ਵਾਲੇ ਬਹੁਤ ਤਿਆਰ ਆ ਉਹ ਕਹਿੰਦੇ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਉਹ ਵੀ ਆਪਣਾ ਜਾਲ ਵਿਛਾ ਕੇ ਗੰਢ ਧੁੱਪ ਕਰਕੇ ਏਅਰਪੋਰਟਾਂ ਤੇ ਗੱਲ ਕਰਕੇ ਇਸ ਤਰ੍ਹਾਂ ਦਾ ਬਹੁਤ ਕੁਛ ਜਦੋਂ ਇੱਕ ਦਾ ਵੀਜ਼ਾ ਲੱਗ ਜਾਂਦਾ ਇੱਕ ਚਲੇ ਜਾਂਦਾ ਤੇ 50 ਜਿਹੜੇ ਹੈਗੇ ਉਹਦੇ ਮਗਰ ਲੈਣ ਲੱਗ ਕੇ ਖੜ ਜਾਂਦੇ ਆ ਫਿਰ ਕਈ ਵਾਰ ਜਦੋਂ ਹੁੰਦੀ ਫਿਰ ਇਹੋ ਜਿਹਾ ਧੋਖਾ ਜਿਹੜੇ ਏਜੰਟ ਇੱਦਾਂ ਦੇ ਆ ਠੱਗੀ ਦੇ ਜਾਲ ਵਿਛਾ ਕੇ ਬੈਠੇ ਉਹਨਾਂ ਦੇ ਤੁਹਾਡੇ ਨਹੀਂ ਉਹਨਾਂ ਨੂੰ ਅਸੀਂ ਤਾਂ ਅੱਗੇ ਵੀ ਸਰਕਾਰ ਨੂੰ ਵੀ ਬੇਨਤੀ ਕੀਤੀ ਸੀ ਹੁਣ ਵੀ ਕਰਦੇ ਆ ਕਿ ਜਿਹੜੇ ਇਲੀਗਲ ਆ ਗਲਤ ਰਸਤੇ ਆ ਉਹ ਸਾਨੂੰ ਜਾਣਾ ਵੀ ਨਹੀਂ ਚਾਹੀਦਾ ਸੀ ਕਹਿੰਦੇ ਅਸੀਂ ਚੋਰੀ ਦਿੰਦੇ ਪੈਸੇ ਅਸੀਂ ਉਹਨਾਂ ਦੇ ਮਗਰ ਮਗਰ ਦਿੰਦੇ ਹਾਂ ਸੋ ਕਿਉਂਕਿ ਉਹ ਕੋਈ ਸਬੂਤ ਨਹੀਂ ਦਿੰਦੇ ਸਾਨੂੰ ਹਰ ਚੀਜ਼ ਸਬੂਤ ਸੁਪਾ ਲੈਂਦੇ ਆ ਵੀ ਸਾਡੇ ਤੇ ਮਗਰੋਂ ਕੋਈ ਕਾਰਵਾਈ ਨਾ ਕਰੇ ਸੋ ਇਹਨਾਂ ਇਹ ਜਿਹੜਾ ਰਜਿਸਟਰਡ ਨਿਗਾ ਉਹਨਾਂ ਤੋਂ ਨਹੀਂ ਜਾਣਾ ਚਾਹੀਦਾ ਇਹੋ ਜਿਹੇ ਕੋਈ ਵੀ ਰਿਸਕ ਨਹੀਂ ਲੈਣਾ ਚਾਹੀਦਾ ਨਾ ਆਪ ਹੀ ਨਾ ਬੱਚਿਆਂ ਨੂੰ ਜਿਹੜਾ ਹੈ ਭੇਜਣਾ ਚਾਹੀਦਾ।